ਹੈਲੋ, ਮੇਰਾ ਨਾਮ ਜਸਪ੍ਰਤਾਪ ਸਿੰਘ ਹੈ। ਮੈਂ 5ਵੀਂ ਜਮਾਤ ਦਾ ਵਿਦਿਆਰਥੀ ਹਾਂ। ਮੈਂ ਸਿੰਗਲਸਾਰ ਸੀਨੀਅਰ ਸੈਕੰਡਰੀ ਸਕੂਲ ਵਿੱਚ ਪੜ੍ਹਦਾ ਹਾਂ ਅਤੇ ਮੈਂ ਮਾਨਸਾ ਦਾ ਰਹਿਣ ਵਾਲਾ ਹਾਂ। ਮੇਰੀ ਰਾਈਟਿੰਗ ਬਹੁਤ ਸੋਹਣੀ ਹੈ। ਮੈਨੂੰ ਰਾਈਟਿੰਗ ਦਾ ਸ਼ੁਰੂ ਤੋਂ ਹੀ ਬਹੁਤ ਸ਼ੌਂਕ ਹੈ ਅਤੇ ਬਾਕਸਿੰਗ ਦਾ ਖੇਡਣ ਦਾ ਵੀ ਬਹੁਤ ਸ਼ੌਂਕ ਹੈ। ਅਤੇ ਸਕੇਟਿੰਗ ਦਾ ਵੀ ਬਹੁਤ ਸ਼ੌਂਕ ਹੈ।
ਜਦੋਂ ਮੈਂ ਘਰ ਫ੍ਰੀ ਹੁੰਦਾ ਹਾਂ ਮੈਂ ਆਪਣੇ ਪਾਪਾ ਨਾਲ ਜਾਂ ਆਪਦੇ ਦੋਸਤ ਨਾਲ ਕ੍ਰਿਕਟ ਫੁੱਟਬਾਲ ਖੇਡਦਾ ਹਾਂ। ਅਤੇ ਕੈਰਮ ਬੋਰਡ ਵੀ ਮੈਨੂੰ ਬਹੁਤ ਪਸੰਦ ਹੈ ਅਤੇ ਮੇਰਾ ਸਿੰਗਰ ਬਣਨ ਦਾ ਸੁਪਨਾ ਹੈ। ਧੰਨਵਾਦ ਕਰਦਾ ਆਪਣੇ ਮਾਤਾ ਪਿਤਾ ਦਾ ਜੋ ਮੈਨੂੰ ਫੁੱਲ ਸਪੋਰਟ ਕਰਦੇ ਹਨ ਅਤੇ ਮੇਰੀਆਂ ਸਾਰੀਆਂ ਵਿਸ਼ਾਂ ਪੂਰੀਆਂ ਕਰਦੇ ਹਨ। ਹਾਂਜੀ ਸਤਿ ਸ਼੍ਰੀ ਅਕਾਲ, ਮੇਰਾ ਨਾਮ ਬਲਵਿੰਦਰ ਸਿੰਘ, ਸਾਡਾ ਪਿੰਡ ਨੰਦਗੜ੍ਹ ਹੈ ਅਤੇ ਅਸੀਂ ਮਾਨਸਾ ਸ਼ਹਿਰ ਹੈ ਜਿਹੜਾ ਉੱਥੇ ਰਹਿੰਦੇ ਹਾਂ। ਬੇਸਿਕਲੀ ਮੇਰਾ ਜਿਹੜਾ ਕੰਮ ਸੀ ਪਹਿਲਾਂ ਖੇਤੀਬਾੜੀ ਦੇ ਨਾਲ ਰਿਲੇਟਡ ਸੀ, ਉਸ ਤੋਂ ਬਾਅਦ ਮੈਂ ਅੱਜ ਕੱਲ੍ਹ ਜਿਹੜਾ ਮੇਰਾ ਕੰਮ ਹੈ ਮੈਂ ਸੋਨੇ ਦਾ ਕੰਮ ਸ਼ੁਰੂ ਕੀਤਾ ਹੋਇਆ। ਮੇਰਾ ਜਵੈਲਰੀ ਸਟੋਰ ਹੈ JSD ਜਵੈਲਰ ਝਨੀਰ, ਜਸਪ੍ਰਤਾਪ ਸਿੰਘ ਦੰਦੀਵਾਲ ਸਾਡੇ ਘਰ ਇਕਲੌਤਾ ਬੇਟਾ ਸਾਡਾ। ਸਾਡੀ ਮੈਰਿਜ ਹੋਈ ਸੀ ਮੇਰੀ, ਇਹ ਅਸੀਂ ਨੰਦਗੜ੍ਹ ਹੀ ਰਹਿੰਦੇ ਹੁੰਦੇ ਸੀ ਉਸ ਟਾਈਮ 2007 ਦੇ ਵਿੱਚ। ਜਸਪ੍ਰਤਾਪ 2013 ਦੇ ਵਿੱਚ, ਜਸਪ੍ਰਤਾਪ ਦਾ 1/7/2013 ਦਾ ਜਨਮਦਿਨ ਹੈ। ਇਹ ਬਹੁਤ ਹੀ ਲਾਡਲਾ ਹੈ ਅਤੇ ਇਹ ਬਹੁਤ ਹੀ ਪਿਆਰਾ ਬੱਚਾ ਸਾਡੇ ਲਈ। ਜਿਸ ਦਿਨ ਦਾ ਸਾਡੇ ਘਰ ਆਇਆ ਬਹੁਤ ਭਾਗ ਖੁੱਲ੍ਹ ਗਏ ਨੇ ਸਾਡੇ ਘਰ ਦੇ। ਸਟੱਡੀ 'ਚ ਬਹੁਤ ਵਧੀਆ, ਸਾਨੂੰ ਕਿਸੇ ਕਿਸਮ ਦੀ ਕੋਈ ਦਿੱਕਤ ਨਹੀਂ ਆਉਂਦੀ। ਈਵਨ ਕਿ ਇਹਨੇ ਅੱਜ ਤੱਕ ਕੋਈ ਗੇਮ ਵੀ ਨਹੀਂ ਤੋੜੀ ਆਪਦੀ ਜਿਹੜੀ ਇਹਨੇ ਗੇਮ ਲਈ ਹੈ ਕੋਈ, ਉਹ ਵੀ ਇਹਦੀਆਂ ਐਜ਼ਿਟੀ ਪਈਆਂ ਨੇ। ਦੇਖਿਆ ਜਾਵੇ ਸਾਂਭਦਾ, ਸਾਰੇ ਘਰ ਨੂੰ ਸਾਂਭਦਾ, ਕੋਈ ਸ਼ਰਾਰਤਾਂ ਵੀ ਕਰਦਾ, ਬਹੁਤ ਕਰਦਾ। ਮੇਰੇ ਇੱਕ ਸ਼ਰਾਰਤੇ ਤੇ ਬੜੀ ਯਾਦ ਹੈ, ਇੱਕ ਦਿਨ ਮੈਨੂੰ ਸਕੂਲ ਵੈਨ ਤੇ ਚੜ੍ਹਾਉਣ ਲਈ ਗਿਆ, ਇਹਦੀ ਕਲਾਸ ਸੀ UKG। ਤਾਂ ਇਹਨੇ ਕਿਹਾ ਵੀ ਆਪਾਂ ਇੱਦਾਂ ਕਰਦੇ ਹਾਂ, ਸਕੂਲ ਨੂੰ ਫੂਕ ਮਾਰ ਕੇ ਹਟਾ ਦਿੰਦੇ ਹਾਂ ਸਾਰੇ ਬੱਚਿਆਂ ਨੂੰ, ਕਹਿੰਦਾ ਆਪਾਂ ਨੂੰ ਸਕੂਲ ਜਾਣ ਦੀ ਕੋਈ ਲੋੜ ਨਹੀਂ ਪੈਣੀ। ਬੜੀ ਪਿਆਰੀ ਯਾਦ ਸੀ ਇਹਦੀ। ਚਲੋ ਮੈਂ KKHD ਦਾ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਮੇਰੇ ਬੱਚੇ ਨੂੰ ਇਸ 'ਤੇ ਲਿਆ ਕੇ ਪ੍ਰਮੋਟ ਕੀਤਾ। ਮੈਂ ਪਰਮਾਤਮਾ ਅੱਗੇ ਅਰਦਾਸ ਕਰਦਾ, ਮੇਰਾ ਬੱਚਾ ਜਿਹੜਾ ਉਹ ਗ੍ਰੈਂਡ ਫਾਈਨਲ ਲਈ ਸਿਲੈਕਟ ਹੋਏਗਾ KKHD ਵੱਲੋਂ। ਮੈਂ ਚਾਹੁੰਦਾ ਵੀ ਉਹ ਇਹਦੇ ਵਿੱਚੋਂ ਫਸਟ ਪੋਜੀਸ਼ਨ ਲੈ ਕੇ ਆਵੇ ਅਤੇ ਸਾਡੇ ਏਰੀਏ ਦਾ, ਮਾਨਸਾ ਦਾ, ਮੇਰੇ ਪਿੰਡ ਦਾ, ਸਾਰੇ ਮੇਰੇ ਪਰਿਵਾਰ ਦਾ ਬਹੁਤ ਨਾਮ ਰੋਸ਼ਨ। ਧੰਨਵਾਦ, ਮੈਂ KKHD ਦਾ ਬਹੁਤ ਧੰਨਵਾਦ ਕਰਦਾ, ਉਹਨਾਂ ਨੇ ਸਾਡੇ ਘਰ ਤੱਕ ਪਹੁੰਚ ਕੇ ਸਾਡੀ ਇੱਕ ਤਰ੍ਹਾਂ ਦੀ ਮਦਦ ਹੀ ਕੀਤੀ ਹੈ। ਸਾਨੂੰ ਇਸ ਚੀਜ਼ ਬਾਰੇ ਇੰਨੀ ਨੌਲੇਜ ਨਹੀਂ ਹੈ। ਬੇਸਿਕਲੀ ਮਾਨਸਾ ਜ਼ਿਲ੍ਹਾ ਸਾਰਿਆਂ ਨੂੰ ਪਤਾ ਹੀ ਹੈ, ਪਛੜਾ ਇਲਾਕਾ ਹੋਇਆ, ਇੱਦਾਂ ਦਾ ਸਾਨੂੰ ਇਸ ਪਲੇਟਫਾਰਮ ਬਾਰੇ ਵੀ ਨੌਲੇਜ ਨਹੀਂ ਸੀ। ਤਾਂ KKHD ਦਾ ਇੱਕ ਪ੍ਰੋਗਰਾਮ ਆਇਆ ਜਿਹਦੇ ਵਿੱਚ ਅਸੀਂ ਅਪਲਾਈ ਕੀਤਾ ਅਤੇ ਮੈਂ ਚਾਹੁੰਦਾ ਵੀ ਇਹਨਾਂ ਨੇ ਵਧੀਆ ਉਪਰਾਲਾ ਕੀਤਾ, ਹੋਰ ਵੀ ਬੱਚਿਆਂ ਨੂੰ ਜੇ ਇਹ ਇੱਦਾਂ ਉਪਰਾਲੇ ਮਿਲਣਗੇ ਤਾਂ ਬੱਚੇ ਆਪਦਾ ਭਵਿੱਖ ਹੈ ਜਿਹੜਾ
ਬਹੁਤ ਵਧੀਆ ਕਰ ਸਕਣਗੇ। ਆਈ ਐਮ ਕਰਮਜੀਤ ਕੌਰ, ਆਈ ਐਮ ਵਰਕਿੰਗ ਐਜ਼ ਅ ਸਾਇੰਸ ਮਿਸਟਰਸ ਇਨ ਗਵਰਨਮੈਂਟ ਸੀਨੀਅਰ ਸੈਕੰਡਰੀ ਸਕੂਲ ਫੱਤਾ ਮਾਲੋਕਾ। ਆਈ ਬਿਲੋਂਗ ਫਰੋਮ ਨੰਦਗੜ੍ਹ ਡਿਸਟ੍ਰਿਕਟ ਮਾਨਸਾ। ਹਾਂਜੀ, ਮੇਰਾ ਬੇਟਾ ਦਾ ਨਾਂ ਜਸਪ੍ਰਤਾਪ ਸਿੰਘ ਦੰਦੀਵਾਲ ਹੈ। ਇਹ ਸਾਡੇ ਕੋਲ ਮਤਲਬ ਸਿੰਗਲ ਹੀ ਹੈਗਾ ਬੱਚਾ। ਮੈਨੂੰ KKHD ਬਾਰੇ ਆਪਣੇ ਸਕੂਲ ਦੇ ਵਿੱਚ ਹੀ ਟੀਮ ਪਹੁੰਚੀ ਸੀ ਦੂਰਦਰਸ਼ਨ ਦੀ, ਉੱਥੋਂ ਪਤਾ ਚੱਲਿਆ ਸੀ ਅਤੇ ਮੈਂ ਆਪਣੇ ਬੇਟੇ ਬਾਰੇ ਉਹਨਾਂ ਨਾਲ ਗੱਲਬਾਤ ਕੀਤੀ। ਸਾਡੇ ਸਕੂਲ ਦੇ ਕਾਫੀ ਬੱਚਿਆਂ ਨੇ ਪਾਰਟੀਸਪੇਟ ਕੀਤਾ ਸੀ, ਪਰ ਉਹ ਕੁਦਰਤੀ ਵੀ ਬੱਚੇ ਜ਼ਿਆਦਾ ਸਿਲੈਕਟ ਨਹੀਂ ਹੋਏ ਅਤੇ ਮੈਂ ਜਸਪ੍ਰਤਾਪ ਦਾ ਫੋਰਮ ਫਿਲ ਕੀਤਾ। ਤਾਂ ਬੱਚਾ ਮੇਰਾ ਜਿਹੜਾ ਹੈ ਟੈਲੈਂਟਡ ਹੈ, ਸ਼ੁਰੂ ਤੋਂ ਹੀ ਇਹਨੂੰ ਮੈਂ ਸਟੱਡੀ ਵਗੈਰਾ ਆਪ ਕਰਵਾਉਂਦੀ ਹਾਂ। ਤਾਂ ਮਤਲਬ ਹਰ ਰਾਈਟਿੰਗ ਵਗੈਰਾ ਦਾ ਇਹਦਾ ਬਹੁਤ ਸ਼ੌਂਕ ਹੈ, ਰਾਈਟਿੰਗ ਬਹੁਤ ਸੋਹਣੀ ਕਰਦਾ। ਜਿਹੜਾ ਫਰੀ ਟਾਈਮ ਹੁੰਦਾ ਉਹਦੇ 'ਚ ਵੀ ਇਹ ਰਾਈਟਿੰਗ ਬਾਰੇ ਆਪਣੇ ਜਿਵੇਂ ਨੋਟਬੁੱਕਸ ਲੈ ਕੇ ਵਗੈਰਾ ਉੱਤੇ ਲਿਖਦਾ ਰਹਿੰਦਾ ਹੈ। ਤਾਂ ਉਦੋਂ ਅਸੀਂ ਫੋਰਮ ਫਿਲ ਕੀਤਾ ਤਾਂ ਸਾਨੂੰ ਮੌਕਾ ਮਿਲਿਆ। ਅਸੀਂ ਇਹਨਾਂ ਦਾ ਜਿਹੜਾ ਫਸਟ ਰਾਊਂਡ ਹੈ ਸਰਦੂਲੇ ਵਾਲਾ ਮੀਰਾ ਪਬਲਿਕ ਸਕੂਲ 'ਚ ਹੋਇਆ, ਉੱਥੇ ਇਹਨਾਂ ਦੀ ਸਿਲੈਕਸ਼ਨ ਹੋਈ। ਸੈਕਿੰਡ ਰਾਊਂਡ ਫਿਰ ਇਹਨੇ ਕਲੀਅਰ ਕੀਤਾ, ਥਰਡ ਰਾਊਂਡ ਵੀ ਕਲੀਅਰ ਕੀਤਾ, ਫਿਰ ਇਹ ਫੋਰਥ ਰਾਊਂਡ ਦੇ ਵਿੱਚ ਪਹੁੰਚਿਆ। ਅਸੀਂ ਚਾਹੁੰਦੇ ਹਾਂ ਵੀ ਇਹ ਗ੍ਰੈਂਡ ਫਿਨਾਲੇ ਹੈ ਜਿਹੜਾ ਜਿੱਤ ਕੇ ਸਾਡੇ ਘਰ ਦਾ, ਸਾਡੀ ਫੈਮਿਲੀ ਦਾ, ਸਾਡੇ ਪਰਿਵਾਰ ਦਾ, ਸਾਡੇ ਜ਼ਿਲ੍ਹੇ ਦਾ ਨਾਮ ਰੋਸ਼ਨ ਕਰੇ, ਆਪਣੇ ਸਕੂਲ ਦਾ ਨਾਮ ਰੋਸ਼ਨ ਕਰੇ। ਇਹ ਜਿਹੜਾ ਬੱਚਾ ਸਾਡੇ ਲਈ ਗੋਡ ਗਿਫਟਡ ਹੈ, ਕਾਫੀ ਟਾਈਮ ਬਾਅਦ ਇਹ ਬੱਚਾ ਸਾਨੂੰ ਮਿਲਿਆ ਹੈਗਾ 6 ਸਾਲ ਬਾਅਦ। ਅਤੇ ਅਸੀਂ ਚਾਹੁੰਦੇ ਹਾਂ ਵੀ ਜਿਹੜੀ KKHD ਟੀਮ ਹੈਗੀ ਹੈ ਇਹ ਸਾਡੇ ਘਰ ਪਹੁੰਚੀ ਹੈ, ਤਾਂ ਅਸੀਂ ਇਹਦਾ ਦਿਲੋਂ ਧੰਨਵਾਦ ਕਰਦੇ ਹਾਂ, ਕਿਉਂਕਿ ਜਿਹੜੀ ਇਹ ਬੱਚਿਆਂ ਦੇ ਟੈਲੈਂਟ ਨੂੰ ਨਿਖਾਰ ਰਹੇ ਆ। ਅਸੀਂ ਚਾਹੁੰਦੇ ਹਾਂ ਵੀ ਜਿਹੜੇ ਪੂਰੇ ਪੰਜਾਬ ਦੇ ਬੱਚੇ ਜਿਨ੍ਹਾਂ ਦਾ ਕੋਈ ਵੀ ਟੈਲੈਂਟ ਹੈਗਾ ਗਾ ਇਹ ਆਪਦਾ ਟੈਲੈਂਟ ਇਸ ਟੀਮ ਰਾਹੀਂ ਆਪਣੇ ਨੂੰ ਆਪ ਨੂੰ ਉੱਪਰ ਲੈ ਕੇ ਜਾਣ ਅਤੇ ਆਪਣੀ ਜਿਹੜੀ ਜ਼ਿੰਦਗੀ ਉਹਨੂੰ ਸਵਾਰ ਸਕਣ। ਸ਼ੁਰੂ ਤੋਂ ਸਹੀ ਸੀ, ਇੰਨੇ ਨੋਟੀ ਤਾਂ ਹੈ ਨਹੀਂ, ਵੈਸੇ ਸਕੂਲ ਟਾਈਮ ਵੀ ਨਹੀਂ ਨੋਟੀ ਰਿਹਾ, ਇਸ ਘਰ ਵੀ ਨਹੀਂ ਇਹਨੇ ਕਦੇ ਕੋਈ ਪ੍ਰੋਬਲਮ ਕ੍ਰੀਏਟ ਕੀਤੀ ਹੈਗੀ। ਵੀ ਖੁਸ਼ੀ ਰੱਖਿਆ ਸਾਨੂੰ ਤਾਂ ਜਦੋਂ ਦਾ ਵੀ ਸਾਨੂੰ ਮਿਲਿਆ, ਕੋਈ ਪ੍ਰੋਬਲਮ ਆਈ ਨਹੀਂ ਅੱਜ ਤੱਕ ਇਹਦੀ। ਅਸੀਂ ਜ਼ਿਆਦਾ ਟਾਈਮ ਜਿਹੜਾ ਆਪਣੇ ਬੱਚੇ ਨਾਲ ਹੀ ਸਪੈਂਡ ਕਰਦੇ ਹਾਂ, ਚਾਹੇ ਜੋ ਵੀ ਅਸੀਂ ਕਿਵੇਂ ਵੀ ਟਾਈਮ ਕੱਢੀਏ, ਇਹਦੇ ਲਈ ਸਟੱਡੀ ਲਈ ਕੱਢੀਏ, ਖੇਡਣ ਲਈ। ਜਿਵੇਂ ਹੁਣ ਇਹਨੇ ਅੱਜ ਕੱਲ੍ਹ ਡਾਂਸ ਕਲਾਸਿਸ ਜੁਆਇਨ ਕੀਤੀਆਂ ਹੋਈਆਂ, ਇਹਦੇ ਪਾਪਾ ਲੈ ਕੇ ਜਾਂਦੇ ਨੂੰ। ਉਸ ਤੋਂ ਬਾਅਦ ਸ਼ਾਮ ਨੂੰ ਅਸੀਂ ਘੰਟਾ ਡੇਢ ਘੰਟਾ ਫਿਰ ਕਰਦੇ ਹਾਂ, ਇਹਦੇ ਲਈ ਘਰ ਵੀ ਪ੍ਰੈਕਟਿਸ ਕਰੇ। ਇਹਨੂੰ ਸਿੰਗਿੰਗ ਦਾ ਬਹੁਤ ਸ਼ੌਂਕ ਹੈ, ਗਾਣੇ ਗਾਉਂਦਾ ਵੀ ਰਹਿੰਦਾ। ਆਹ ਥੋੜ੍ਹੇ ਦਿਨ ਹੈਗੇ ਇਹਦੇ ਸਾਇੰਸ ਟੀਚਰ ਜਿਹੜੇ ਸਕੂਲ ਦੇ ਸੀ ਉਹਨਾਂ ਨੇ 10 ਮਿੰਟ ਜਿਵੇਂ ਆਪਾਂ ਕਲਾਸ ਦੇ ਵਿੱਚ ਫਰੀ ਬੱਚਿਆਂ ਨਾਲ ਗੱਲਬਾਤ ਕਰਦੇ ਹਾਂ ਵੀ ਬੱਚੇ ਕਿਵੇਂ, ਕੋਈ ਕਿਹਨੂੰ ਕੀ ਸ਼ੌਂਕ ਹੈ, ਕਿਹਨੂੰ ਕੀ ਸ਼ੌਂਕ ਹੈ। ਉੱਥੇ ਇਹਨੇ ਮੈਨੂੰ ਆ ਕੇ ਦੱਸਿਆ ਵੀ ਮੰਮਾ ਮੈਂ ਸਿੰਗਿੰਗ ਕੀਤੀ, ਤਾਂ ਮੈਮ ਨੇ ਮੈਨੂੰ ਮਤਲਬ ਅਪਰੈਸ਼ੀਏਟ ਕੀਤਾ ਵੀ ਤੁਸੀਂ ਕਰ ਸਕਦੇ ਹੋ, ਤੁਹਾਡੇ 'ਚ ਕੰਫੀਡੈਂਸ ਹੈਗਾ ਗਾ। ਹਾਂਜੀ, ਮੈਂ ਚਾਹੁੰਦੀ ਹਾਂ ਕਿ ਮੇਰਾ ਬੇਟਾ ਜਿਹੜਾ ਫਾਈਨਲ ਦੇ ਵਿੱਚੋਂ ਗ੍ਰੈਂਡ ਫਿਨਾਲੇ ਦੇ ਵਿੱਚੋਂ ਆਪਣੀ ਵਧੀਆ ਪੁਜੀਸ਼ਨ ਲੈ ਕੇ ਆਵੇ, ਆਪਣੇ ਪਰਿਵਾਰ ਦਾ, ਆਪਣੇ ਸ਼ਹਿਰ ਦਾ, ਆਪਣੇ ਸਕੂਲ ਦਾ ਨਾਮ ਰੋਸ਼ਨ ਕਰੇ, ਅਤੇ ਜਿਹੜੇ ਬੱਚੇ ਬਾਕੀ ਬੱਚੇ ਵੀ ਜਿਹੜੇ ਟੈਲੈਂਟਡ ਬੱਚੇ ਹੈਗੇ ਆ ਉਹ ਵੀ ਬੱਚੇ ਮਤਲਬ ਕਲੀਅਰ ਕਰਕੇ ਆਉਣੇ ਰਾਊਂਡ। ਸਤਿ ਸ਼੍ਰੀ ਅਕਾਲ ਜੀ, ਮੈਂ ਗੁਰਚਰਨ ਸਿੰਘ, ਰਿਟਾਇਰ ਹੈੱਡ ਟੀਚਰ, ਪਿੰਡ ਨੰਦਗੜ੍ਹ। ਜਸਪ੍ਰਤਾਪ ਸਿੰਘ ਮੇਰਾ ਪੋਤਰਾ ਹੈ ਜੀ। ਇਹਨਾਂ ਨੂੰ ਖੇਡੋ ਖੁੱਡਾਂ ਦਾ ਕਾਫੀ ਸ਼ੌਕ ਹੈ ਅਤੇ ਕਈ ਵਾਰੀ ਇਹਨੂੰ ਖੇਡਣ ਲਈ ਬੱਚੇ ਨਹੀਂ ਮਿਲਦੇ, ਇਹ ਮੈਨੂੰ ਵੀ ਨਾਲ ਖੇਡਣ ਲਈ ਮਜਬੂਰ ਕਰ ਦਿੰਦੇ। ਜਿਹੜਾ ਇਸਨੇ ਕੰਪੀਟੀਸ਼ਨ ਵਿੱਚ ਭਾਗ ਲਿਆ ਉਹ ਚੰਗੀ ਪੁਜੀਸ਼ਨ ਹਾਸਿਲ ਕੀਤੀ, ਅੱਗੇ ਮੈਂ ਉਮੀਦ ਕਰਦਾ ਵੀ ਇਹ ਫਸਟ ਪੁਜੀਸ਼ਨ ਹਾਸਿਲ ਕਰੂਗਾ, ਅਤੇ ਮੈਂ ਆਪਣਾ ਪ੍ਰਬੰਧਕਾਂ ਦਾ ਵੀ ਬਹੁਤ ਧੰਨਵਾਦ। ਮੇਰਾ ਨਾਮ ਮਹਿਕਦੀਪ ਸਿੰਘ ਹੈ ਅਤੇ ਮੈਂ ਜਸ ਦਾ ਸ਼ੁਰੂ ਤੋਂ ਹੀ ਦੋਸਤ ਹਾਂ, ਦੋਸਤ ਨਹੀਂ ਅਸੀਂ ਭਰਾਵਾਂ ਵਾਂਗੂ ਹੀ ਰਹਿੰਦੇ ਹਾਂ, ਅਤੇ ਮੇਰੇ ਅਤੇ ਜਸ ਦਾ ਏਜ ਡਿਫਰੈਂਸ ਬਹੁਤ ਆ ਪਰ ਸਾਡੀ ਬਣਦੀ ਵੀ ਬਹੁਤ ਹੈ, ਅਤੇ ਜਸ ਨੂੰ ਹਮੇਸ਼ਾ ਮੈਨੂੰ ਨਾਲ ਰੱਖਦਾ ਹੈਗਾ ਸ਼ੈਡੋ ਦੀ ਤਰ੍ਹਾਂ, ਅਤੇ ਅਸੀਂ ਪੂਰੇ ਪੱਕੇ ਦੋਸਤ ਹਾਂ। ਜਦੋਂ ਅਸੀਂ ਇਕੱਠੇ ਹੁੰਦੇ ਹਾਂ ਅਸੀਂ ਬਹੁਤ ਜ਼ਿਆਦਾ ਮਜ਼ਾ ਕਰਦੇ ਹਾਂ, ਅਤੇ ਜਸ ਵੀ ਸਾਰਿਆਂ ਤੋਂ ਵੱਧ ਮੇਰੇ ਨਾਲ ਹੀ ਖੇਡਦਾ ਹੈ, ਇਸ ਲਈ ਸਾਰਿਆਂ ਤੋਂ ਜ਼ਿਆਦਾ ਮੇਰੇ ਨਾਲ ਹੀ ਬਣਦੀ ਹੈ। ਮੈਂ ਚਾਹੁੰਦਾ ਮੇਰਾ ਦੋਸਤ ਗ੍ਰੈਂਡ ਫਾਈਨਲ ਵਿੱਚ ਫਸਟ ਪੁਜੀਸ਼ਨ ਹਾਸਿਲ ਕਰੇ,
ਤੇ ਐਂ ਤਰੱਕੀਆਂ ਲੈਂਦੇ ਰਹੇ। ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਜੈਪਾਲ ਸਿੰਘ ਚਾਹਲ, ਮੈਂ ਭਾਈ ਬਲਵਿੰਦਰ ਹੋਰਾਂ ਦਾ ਅਤੇ ਜਿਹੜਾ ਮੇਰਾ ਭਤੀਜਾ ਆਪਣਾ ਯਸ਼ ਪ੍ਰਤਾਪ ਸਿੰਘ, ਅਸੀਂ ਗੁਆਂਢੀ ਹਾਂਗੇ, ਅਸੀਂ ਸਾਡਾ ਨਾਲ ਇਕੱਠੇ ਹੀ ਘਰ ਆ ਇੱਕ ਥਾਂ 'ਤੇ। ਅਤੇ ਜਿੱਥੋਂ ਤੱਕ ਯਸ਼ ਪ੍ਰਤਾਪ ਦੀ ਗੱਲ ਹੈ, ਉਹ ਸਾਡਾ ਜਿਹੜਾ ਕਹਿ ਲਓ ਇਸ ਸਾਡੇ ਜਿੱਥੇ ਅਸੀਂ ਵਸਨੀਕ ਹਾਂ, ਸਾਡੀ ਸੁਸਾਇਟੀ ਦੀ ਰੌਣਕ ਹੈ। ਬਹੁਤ ਸਾਡਾ ਪਹਿਲਾ ਬੱਚਾ, ਸਾਡੇ ਮੇਰੇ ਬੱਚੇ ਦੋਨੇ ਛੋਟੇ ਨੇ, ਉਹ ਤੋਂ ਇਸੇ ਸੁਸਾਇਟੀ 'ਚ ਇਹ ਸਭ ਤੋਂ ਨੌਟੀ ਬੱਚਾ ਜੇ ਮੈਂ ਕਹਾਂ ਤਾਂ ਯਸ਼ ਪ੍ਰਤਾਪ ਸ਼ਾਮਿਲ ਹੈ। ਇਹਦੀ ਇੱਕ ਪੋਜ਼ੀਟਿਵ ਗੱਲ ਜਿਹੜੀ ਮੈਂ ਸ਼ੇਅਰ ਕਰਨੀ ਚਾਹੁੰਦਾ ਔਨ ਕੈਮਰਾ, ਵੀ ਯਸ਼ ਪ੍ਰਤਾਪ ਹਰੇਕ ਚੀਜ਼ ਕਰਨਾ ਚਾਹੁੰਦਾ ਹੈ। ਜਿਵੇਂ ਕਈ ਬੱਚਿਆਂ 'ਚ ਹੁੰਦਾ ਹੈਗਾ ਵੀ ਉਹ ਕੋਈ ਕਿਸੇ ਇੱਕ ਮਤਲਬ ਅਸਪੈਕਟ 'ਚ ਵਧੀਆ ਹੁੰਦੇ ਹੈ ਅਤੇ ਦੂਜੇ ਅਸਪੈਕਟ 'ਚ ਉਹ ਕੁਛ ਉਸ ਚੀਜ਼ 'ਚ ਉਹ ਇੰਟਰਸਟਡ ਨਹੀਂ ਹੁੰਦੇ। ਇਹ ਕੋਈ ਗੇਮ ਹੋਵੇ, ਕੋਈ ਚਾਹੇ ਪੜ੍ਹਾਈ ਵਾਲੀ ਚੀਜ਼ ਹੋਵੇ, ਕਿਸੇ ਪ੍ਰਕਾਰ ਦੀ ਐਕਟੀਵਿਟੀ ਹੋਵੇ, ਯਸ਼ ਪ੍ਰਤਾਪ ਨੇ ਉਸ ਐਕਟੀਵਿਟੀ ਨੂੰ ਇੱਕ ਵਾਰੀ ਅਪਰੋਚ ਕਰਨਾ ਹੀ ਕਰਨਾ। ਬਾਕੀ ਬੱਚੇ ਦਾ ਇੰਟਰਸਟ ਵੀ ਹੁੰਦਾ ਕਿਸ ਵਿੱਚ ਉਹ ਜ਼ਿਆਦਾ ਆਪਦੇ ਆਪ ਨੂੰ ਸ਼ਾਮਿਲ ਕਰਦਾ ਹੈਗਾ। ਇਸ ਇਹਦੀ ਜੀਵਨ ਦੀ ਮੈਨੂੰ ਲੱਗਦਾ ਵੀ ਜ਼ਿੰਦਗੀ 'ਚ ਜਿਹੜੀ ਕਾਮਯਾਬੀ ਆਪਦੀ ਇਸੇ ਜਿਹੜੀ ਸੋਚ 'ਤੇ ਅਪਰੋਚ ਕਰਕੇ ਪ੍ਰਾਪਤ ਕਰਨੀ, ਵੀ ਇਹਨੇ ਹਰੇਕ ਚੀਜ਼ ਇੱਕ ਵਾਰੀ ਆਪਦੇ ਉੱਤੇ ਕਰਕੇ ਦੇ। ਗੁਆਂਢੀ ਹਾਂ ਤਾਂ ਮੈਨੂੰ ਤਕਰੀਬਨ ਸਾਰੀਆਂ ਸ਼ਰਾਰਤਾਂ ਦਾ ਪਤਾ। ਇਹ ਮੈਂ ਜਿਵੇਂ ਕਹਿ ਲਓ ਘਰਾਂ 'ਚ CCTV ਲੱਗੇ ਹੁੰਦੇ, ਮੈਂ ਇਹਨੂੰ ਵਾਚ ਕਰਦਾ ਰਹਿਣਾ। ਇਕੱਲਾ ਹੁੰਦਾ ਉਦੋਂ ਵੀ, ਇਹਦੇ ਪਾਪਾ ਇਹਨਾਂ ਦੀ ਫੈਮਿਲੀ ਬਹੁਤ ਸਪੋਰਟ ਕਰਦੀ ਆ, ਤਾਂ ਇਸ ਕਰਕੇ ਸਾਡੇ ਵੀ ਮੇਰੇ ਬੱਚੇ ਇਹਦੇ ਨਾਲ ਖੇਡਦੇ 24 ਘੰਟੇ। ਤਾਂ ਇਸ ਕਰਕੇ ਮੈਂ ਉਮੀਦ ਕਰਦਾ ਵੀ ਜਿਹੜਾ ਪਲੇਟਫਾਰਮ ਇਹਨੂੰ ਯਸ਼ ਪ੍ਰਤਾਪ ਨੂੰ ਮਿਲਿਆ ਉਹਦੇ ਵਿੱਚ ਇਹ ਅਗਾਂਹ ਵਧੇ, ਅਤੇ ਕਿਉਂਕਿ ਸਾਡਾ ਇਲਾਕਾ ਵੈਸੇ ਪਿੱਛੇ ਹੋਣ ਕਰਕੇ ਇਹੋ ਜਿਹੇ ਪਲੇਟਫਾਰਮ ਸਾਡੇ ਕੋਲ ਅਵੇਲੇਬਲ ਨਹੀਂ ਹੈਗੇ, ਤਾਂ ਇਸ ਓਪਰਚੁਨਿਟੀ ਨੂੰ ਯਸ਼ ਪ੍ਰਤਾਪ ਵਧੀਆ ਤਰੀਕੇ ਨਾਲ ਨਿਭਾਵੇ, ਆਪਦਾ 100% ਦੇਵੇ ਉਸ ਓਪਰਚੁਨਿਟੀ ਜਿਹੜੀ ਉਹਨੂੰ ਮਿਲੀ ਹੈ, ਤਾਂ ਅੱਗੇ ਵਧੇ। ਮੈਂ ਉਹਨੂੰ ਬੈਸਟ ਆਫ ਲੱਕ ਕਹਿੰਦਾ, ਅਤੇ ਅੱਗੇ ਉਹ ਤਰੱਕੀ ਕਰੇ, ਸਾਡਾ ਨਾਂ ਰੋਸ਼ਨ ਕਰੇ, ਸਾਡੇ ਇਲਾਕੇ ਦਾ ਨਾਂ ਰੋਸ਼ਨ ਕਰੇ। ਮੇਰੀ ਡੇਲੀ ਰੂਟੀਨ ਹੈ, ਮੈਂ ਸਵੇਰੇ ਉੱਠ ਕੇ ਮੋਰਨਿੰਗ ਵਾਕ ਲਈ ਅਤੇ ਉੱਥੇ ਐਕਸਰਸਾਈਜ਼ ਕਰਕੇ ਘਰ ਆਉਂਦਾ ਹਾਂ ਅਤੇ ਫਿਰ ਰੈਡੀ ਹੋ ਕੇ। ਉਸ ਤੋਂ ਬਾਅਦ ਸਕੂਲ ਤੋਂ ਆ ਕੇ ਮੈਂ ਖੇਡਦਾ ਹਾਂ। Thank you.
ਮੇਰੇ ਪੜ੍ਹਾਈ ਦਾ ਟਾਈਮ ਆਉਂਦਾ ਹੈ ਅਤੇ ਮੈਂ ਪੜ੍ਹਦਾ ਹਾਂ। ਮੈਨੂੰ ਰਾਈਟਿੰਗ ਦਾ ਵੀ ਬਹੁਤ ਜ਼ਿਆਦਾ ਸ਼ੌਂਕ ਹੈ ਅਤੇ ਮੈਂ ਉਸ ਤੋਂ ਬਾਅਦ ਰੋਟੀ ਖਾ ਕੇ ਟੀਵੀ ਦੇਖ ਕੇ ਸੌਂ ਜਾਂਦਾ ਹਾਂ। ਮੈਨੂੰ KKH ਦੀ ਸ਼ੋਅ ਦਾ ਪਤਾ ਮੇਰੇ ਮੰਮਾ ਤੋਂ, ਉਹਨਾਂ ਨੇ ਮੇਰਾ ਫੋਰਮ ਫਿੱਲ ਕੀਤਾ ਰਾਈਟਿੰਗ ਵਿੱਚ। ਮੇਰਾ ਫਸਟ ਰਾਊਂਡ ਸਦੂਲੇ ਵਾਲਾ ਹੋਇਆ, ਸੈਕਿੰਡ ਰਾਊਂਡ ਮੇਰਾ ਸਦੂਲਗੜ੍ਹ ਹੋਇਆ, ਥਰਡ ਰਾਊਂਡ ਮੇਰਾ ਭਿੱਖੀ ਹੋਇਆ। ਇਸ ਤਰ੍ਹਾਂ ਕਰਕੇ ਮੈਨੇ 3 ਰਾਊਂਡ ਕਲੀਅਰ ਕੀਤੇ ਅਤੇ ਹੁਣ ਮੈਂ ਫਾਈਨਲ 'ਚ ਪਹੁੰਚ ਗਿਆ ਹਾਂ। ਮੈਂ ਪਰਮਾਤਮਾ ਅੱਗੇ ਅਰਦਾਸ ਕਰਦਾਂਗਾ ਕਿ ਮੈਂ ਫਾਈਨਲ ਜਿੱਤ ਕੇ ਆਵਾਂ। ਮੈਂ ਆਪਣੇ ਮਾਤਾ ਪਿਤਾ ਦਾ, ਸਿਟੀ ਦਾ ਅਤੇ ਸਕੂਲ ਦਾ ਨਾਂ ਰੌਸ਼ਨ ਕਰਾਂ। ਮੈਂ ਧੰਨਵਾਦ ਕਰਦਾ ਵਰੁਣ ਸਰ ਦਾ ਅਤੇ KKH ਦੀ ਟੀਮ ਦਾ, ਜਿਨ੍ਹਾਂ ਨੇ ਮੈਨੂੰ ਆਪਣਾ ਟੈਲੈਂਟ ਦਿਖਾਉਣ ਲਈ ਮੌਕਾ ਦਿੱਤਾ। ਥੈਂਕ ਯੂ KKH ਦੀ।